ਦੇਖੋ ਮਤਲਬ ਪਿਛਲੇ ਨਾ 4.5 ਸਾਲ ਤੋਂ ਤੁਸੀਂ ਇਹ ਕਹੋ ਵੀ ਕਾਰਪੋਰੇਸ਼ਨ ਦੇ ਵਿੱਚ ਸਾਰੇ ਕੰਮ ਵਿਕਾਸ ਦੇ ਬਹੁਤ ਵਧੀਆ ਸਮੂਥ ਢੰਗ ਨਾਲ ਚੱਲਦੇ ਸੀ। ਹੁਣ ਲਾਸਟ ਸਟੇਜ 'ਤੇ ਆ ਕੇ ਜਿਹੜੇ ਵਿਕਾਸ ਕੰਮ ਲਈ ਸਾਰੇ ਕੌਂਸਲਰਾਂ ਨੇ ਇੱਕ ਸਰਬਸੰਮਤੀ ਨਾਲ ਹੀ ਇੱਕ ਰਾਏ ਸੀ ਵੀ ਸ਼ਹਿਰ ਦੇ ਵਿਕਾਸ ਲਈ ਕਿਸੇ ਨੇ ਡਿੱਕਾ ਨਹੀਂ ਪਾਉਣਾ, ਅਤੇ ਉਹ ਮਤਲਬ ਹਰੇਕ ਕੰਮ ਜਿੱਥੇ ਕਿਸੇ ਕੌਂਸਲਰ ਨੇ ਕਿਹਾ ਉਹ ਹਮੇਸ਼ਾ ਪਾਸ ਹੋਇਆ। ਮੇਅਰ ਸਾਹਿਬ ਨੇ ਜਿੱਥੇ ਉਹਨੂੰ ਇਹ ਨਹੀਂ ਦੇਖਿਆ ਉਹਨਾਂ ਨੇ ਵੀ ਇਹ ਕਾਂਗਰਸੀਆਂ ਦਾ ਇਹ ਕਿਸੇ ਹੋਰ ਦਾ ਜਾਂ ਕਿਸੇ ਦਾ, ਜਿੱਥੇ ਵੀ ਕੋਈ ਮਸਲਾ ਲੋਕਾਂ ਦੇ ਹਿੱਤ ਦਾ ਸੀ ਉਹ ਪੂਰਾ ਕੀਤਾ। ਅਤੇ ਪਿਛਲੇ ਸਮੇਂ 'ਚ 200 ਟੈਂਡਰ ਸੀ ਜਿਹੜੇ ਉਹ ਲੱਗੇ ਹੋਏ ਸੀ, ਅਤੇ ਜਦੋਂ ਹੁਣ ਉਹਨਾਂ ਨੂੰ ਲੱਗਣ ਲੱਗਿਆ ਵੀ ਇਹ ਸ਼ਾਇਦ ਚੋਣ ਕਰਾਉਣੀ ਹੈ ਅਤੇ ਇਹ ਕਾਰਪੋਰੇਸ਼ਨ ਦੀ ਮਿਆਦ ਲੰਘ ਜੂਗੀ ਅਤੇ ਅਸੀਂ ਬਾਅਦ 'ਚ ਇਹਦਾ ਬੈਨੀਫਿਟ ਲਵਾਂਗੇ, ਇਸ ਜਿਹੜੀ ਮਤਲਬ ਸਵਾਰਥੀ ਸੋਚਣੀ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਵੀ ਸਿਆਸੀ ਸੋਚਣੀ ਹੈ ਉਹਨੂੰ ਧਿਆਨ 'ਚ ਰੱਖ ਕੇ ਇੱਥੋਂ ਦੇ ਮੰਤਰੀ ਸਾਹਿਬ ਨੇ ਕਮਿਸ਼ਨਰ ਸਾਹਿਬ 'ਤੇ ਦਬਾਅ ਬਣਾਇਆ ਵੀ ਇਹ ਸਾਰੇ ਟੈਂਡਰਾਂ ਨੂੰ ਜਿਵੇਂ ਮਰਜ਼ੀ ਕੋਈ ਬਹਾਨਾ ਲਾ, ਇਹ ਬਹਾਨਾ ਲਾ ਅਤੇ ਇਹਨਾਂ ਨੂੰ ਖੋਲ੍ਹਣ ਤੋਂ ਇਨਕਾਰ ਕਰ ਦੇ। ਅਤੇ ਉਹ ਖੋਲ੍ਹਣ ਤੋਂ ਇਨਕਾਰ ਕਰ ਲਈ ਜਿਹੜਾ ਉਹਨਾਂ ਨੇ ਬਹਾਨਾ ਲਾਇਆ, ਮੇਅਰ ਸਾਹਿਬ ਨੇ ਇੱਥੇ ਇੱਕ ਸਪੈਸ਼ਲ ਮੀਟਿੰਗ ਵੀ ਬੁਲਾਈ ਰੀਪ੍ਰੋਪਰੀਏਟ ਕਰਨ ਲਈ ਫੰਡ 9 ਕਰੋੜ ਰੁਪਈਆ ਜਿਹਨਾਂ ਦਾ ਉਹ ਘੱਟ ਕਹਿੰਦੇ ਸੀ ਉਹਨਾਂ 'ਤੇ ਡਿਸਟ੍ਰੀਬਿਊਟ ਕਰਤਾ, ਕਾਰਪੋਰੇਸ਼ਨ ਨੇ ਫੈਸਲਾ ਕਰਤਾ। ਅਤੇ ਹੁਣ ਉਹਨੂੰ ਵੀ ਬਹਾਨਾ ਲਾ ਕੇ ਲੰਗੜੇ ਬਹਾਨੇ ਨੇ। ਹੁਣ ਇੱਕ ਖਾਸ ਮਤਲਬ ਜਿਹੜੇ ਕਾਂਗਰਸ ਪਾਰਟੀ ਦੇ ਕਹਿ ਲਓ ਵੀ ਜਿਹੜੇ ਕੌਂਸਲਰ ਨੇ 24 ਟੈਂਡਰ ਆਪ ਮੰਗਾ ਕੇ ਉਹ ਖੋਲ੍ਹਤੇ, ਦੁਬਾਰਾ ਲਾਤੇ ਨਵੇਂ। ਅਤੇ ਜਿਹੜਾ 200 ਟੈਂਡਰ ਜਨਰਲ ਹੈ ਜਿਹਦੇ 'ਚ ਉਹਨਾਂ ਦੇ ਵੀ ਨੇ ਉਹ ਬੰਦ ਪਏ ਨੇ। ਅਸੀਂ ਇਹ ਧਰਨਾ ਇੱਥੇ ਲਾਇਆ ਵੀ ਇਹ ਖੋਲ੍ਹੋ, ਜੇ ਨਹੀਂ ਖੋਲ੍ਹੋਗੇ ਤਾਂ ਮੋਹਾਲੀ ਦਾ ਵਿਕਾਸ ਰੁਕਦਾ, ਜੇ ਮੋਹਾਲੀ ਦਾ ਵਿਕਾਸ ਰੁਕਦਾ ਤਾਂ ਲੋਕ ਪ੍ਰਭਾਵਿਤ ਨੇ, ਅਸੀਂ ਵੀ ਪ੍ਰਭਾਵਿਤ ਹਾਂ, ਅਸੀਂ ਲੋਕਾਂ ਨੂੰ ਨਾਲ ਲੈ ਕੇ ਕੱਲ੍ਹ ਨੂੰ ਇਹਦੇ ਖਿਲਾਫ਼ ਲੜਾਈ ਲੜਾਂਗੇ। ਦੇਖੋ ਅਸੀਂ ਬੜੀ ਕੋਸ਼ਿਸ਼ ਕਰਕੇ ਦੇਖ ਲਈ, ਕਮਿਸ਼ਨ ਸਾਹਿਬ ਨਾਲ ਅਸੀਂ 2 ਮੀਟਿੰਗਾਂ ਪਹਿਲਾਂ ਵੀ ਕਰ ਚੁੱਕੇ ਹਾਂ। ਕਮਿਸ਼ਨ ਸਾਹਿਬ ਨੂੰ ਅਸੀਂ ਬੇਨਤੀ ਕਰੀ ਸੀਗੀ ਵੀ ਜਿਹੜੇ ਟੈਂਡਰਾਂ ਖੋਲ੍ਹੋ ਵੀ ਅੱਜ ਤੱਕ ਸਾਨੂੰ 20 ਸਾਲ ਹੋ ਗਏ ਕੌਂਸਲ ਬਣਿਆਂ ਨੂੰ, ਅੱਜ ਤੱਕ ਕਦੇ ਵੀ ਇਹ ਸਿਚੁਏਸ਼ਨ ਨਹੀਂ ਆਈ ਹੈਗੀ ਵੀ ਫੰਡਾਂ ਦੀ ਘਾਟ ਕਰਕੇ ਟੈਂਡਰ ਰੋਕ ਲਏ। ਜਦ ਇਹ ਪਾਸ ਹੋਣ ਦੀ ਆਸ ਵਿੱਚ ਕੰਮ ਕਰਾ ਸਕਦੇ ਹਾਂ ਤਾਂ ਜਦ ਸਾਡੇ ਕੋਲ ਫੰਡ ਪਏ ਹੈ ਉਹਨਾਂ ਫੰਡਾਂ ਦੇ ਵਿੱਚੋਂ ਬੜੇ ਵਧੀਆ ਤਰੀਕੇ ਨਾਲ ਸਾਡੇ ਕੰਮ ਹੋ ਸਕਦੇ ਹੈ। ਪਰ ਕਮਿਸ਼ਨ ਸਾਹਿਬ ਅੱਜ ਮੰਤਰੀ ਸਾਹਿਬ ਦੇ ਮਤਲਬ ਗੱਲਾਂ ਥੱਲੇ ਆ ਕੇ ਜਿਹੜੇ ਉਹ ਸਾਡੇ ਕੰਮ ਹੈ ਉਹ ਸਾਰੇ ਰੋਕੀ ਬੈਠੇ ਹੈ। ਅਸੀਂ ਕਮਿਸ਼ਨ ਸਾਹਿਬ ਨੂੰ ਬੇਨਤੀ ਕਰ ਲਈ, 2 ਵਾਰੀ ਅਸੀਂ ਲੈ ਕੇ ਮਿਲ ਵੀ ਲਏ ਵੀ ਇਹ ਸਾਡੇ ਜਿਹੜੇ ਟੈਂਡਰ ਖੋਲ੍ਹੇ ਜਾਣ, ਪਰ ਕਮਿਸ਼ਨ ਸਾਹਿਬ ਟਸ ਤੇ ਮਸ ਨਹੀਂ ਹੋਏਗੇ। ਅਸੀਂ ਅੱਜ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਜੇ ਕਮਿਸ਼ਨ ਸਾਹਿਬ ਨੇ ਟੈਂਡਰ ਸਾਡੇ ਨਾ ਖੋਲ੍ਹੇ ਤਾਂ ਉਸ ਤੋਂ ਬਾਅਦ ਅਸੀਂ ਕਮਿਸ਼ਨ ਸਾਹਿਬ ਦੇ ਦਫ਼ਤਰ ਦਾ ਘਿਰਾਓ ਕਰਾਂਗੇ ਔਰ ਇਹਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ। ਉਸ ਤੋਂ ਬਾਅਦ ਡਾਇਰੈਕਟਰ ਦਫ਼ਤਰ ਜਾਵਾਂਗੇ, ਅਸੀਂ ਡਾਇਰੈਕਟਰ ਦੇ ਉੱਥੇ ਵੀ ਧਰਨਾ ਦੇਵਾਂਗੇ। ਜੇ ਨਾ ਵੀ ਉੱਥੇ ਵੀ ਸਾਡਾ ਕੰਮ ਸਿਰੇ ਚੜਿਆ ਤਾਂ ਅਸੀਂ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਅੱਜ ਤੱਕ ਜੋ ਅਸੀਂ ਪ੍ਰਾਪਤ ਕਰਿਆ ਹੈ ਮਾਨਯੋਗ ਹਾਈ ਕੋਰਟ ਤੋਂ ਹੀ ਪ੍ਰਾਪਤ ਕਰਿਆ ਹੈ। ਜੇ ਕੱਲ੍ਹ ਸਾਡਾ ਮੇਅਰ ਬਣਿਆ ਸੀਗਾ ਉਹ ਵੀ ਹਾਈ ਕੋਰਟ ਦੇ ਥਰੂ ਹੀ ਬਣਿਆ ਸੀਗਾ, ਅਸੀਂ ਅੱਗੇ ਹਾਈ ਕੋਰਟ ਦਾ ਦਰਵਾਜ਼ਾ ਖੜਾਉਣ ਵਾਸਤੇ ਮਜਬੂਰ ਹੋਵਾਂਗੇ। ਇਹ 200 ਟੈਂਡਰਾਂ ਦੀ ਗੱਲਾਂ ਕਰਦੇ ਹੈ ਵੀ ਸਾਡੇ ਕੋਲ ਫੰਡ ਨਹੀਂ, ਫਿਰ ਇਹਨੇ 9 ਤਰੀਕ ਨੂੰ 2.25 ਕਰੋੜ ਦੇ ਟੈਂਡਰ ਕਿਉਂ ਲਾਏ ਜੀ? 9 ਤਰੀਕ ਨੂੰ 2.25 ਕਰੋੜ ਦੇ ਟੈਂਡਰ ਹੋਰ ਕਾਲ ਕਰ ਲਏ ਇਹਨਾਂ ਨੇ, ਜਾਂ ਤੁਹਾਡੇ ਕੋਲ ਫੰਡ ਨਹੀਂ ਹੈਗਾ ਤਾਂ 2.25 ਕਰੋੜ ਦੇ ਟੈਂਡਰ ਕਿਉਂ ਲਾਏ ਤੁਸੀਂ ਜੀ?